ਠੀਕ ਹੈ, ਇਹ 'ਚ ਸ਼ਰਮ ਨਾ ਮੰਨੋ। ਜੇ ਤੁਹਾਨੂੰ ਕੋਈ ਕਹਿੰਦਾ ਯਾਰ ਬੱਕਰੀ ਰੱਖੀ ਬੈਠਾ, ਉਹਨੂੰ ਕਹਿੰਦਾ ਬੱਕਰੀ ਨਹੀਂ ਹੈ, ਦੁਨੀਆਂ ਦੀ ਸਭ ਤੋਂ ਵੱਡੀ ਬੱਕਰੀ ਪੰਜਾਬ ਦੀ ਬੱਕਰੀ ਰੱਖੀ ਹੈ ਮੈਂ, ਟੈਲੈਂਟ ਪਿਆ ਆਪਣੇ ਪਿੰਡਾਂ 'ਚ। ਬਸ ਉਹ ਇੱਕ ਗੱਲ ਹੋਣੀ ਬਈ ਰਿਸ਼ਤੇਦਾਰ ਕੀ ਕਹਿਣਗੇ, ਲੋਕ ਕੀ ਕਹਿਣਗੇ। ਅਤੇ ਮੈਨੂੰ ਤਾਂ ਕਹਿਣਾ ਹੀ ਕਹਿਣਾ ਸੀ ਬਈ ਇੱਕ 50-60 ਹਜ਼ਾਰ ਦੀ ਨੌਕਰੀ ਹੈ ਮੇਰੇ ਕੋਲ, ਉਹ ਵੀ ਸਰਕਾਰੀ, ਪੰਜਾਬ ਪੁਲਿਸ ਦੀ। ਬਹੁਤ ਰੱਬ ਨੇ ਵੱਡੀ ਦਾਅ ਦਿੱਤੀ ਹੈ ਮੈਨੂੰ। ਜਦੋਂ ਆਪਾਂ ਸ਼ੁਰੂ ਕਰਨਾ, ਕਿੰਨੀਆਂ ਬੱਕਰੀਆਂ, 5-7 ਤੋਂ ਨਵੇਂ ਮੁੰਡੇ ਨੇ ਕਿਸੇ ਬਈ ਇਹ ਆਏ ਆ ਹਰਵਿੰਦਰ ਅੱਡੋ ਅੱਡ। ਇੱਕ ਤਾਂ ਇਹਦਾ ਇਹੀ ਫਾਇਦਾ ਬੱਕਰੀ ਪਾਲਣ ਦਾ, ਹੈ ਨਾ, ਇਹ ਤੁਸੀਂ 5,000 ਤੋਂ ਵੀ ਸ਼ੁਰੂ ਕਰ ਸਕਦੇ ਹੋ, 5 ਲੱਖ ਤੋਂ ਵੀ। ਇੱਕ ਤਾਂ ਇਹਦੇ ਵਿੱਚ ਹੁੰਦਾ ਬਈ ਆਪਣਾ ਘਰ ਦਾ ਬਜਟ ਕੀ ਆ। ਹੁਣ ਮੈਂ ਬਾਜਮਾ ਤੁਹਾਨੂੰ ਦੱਸਦਾ, ਅਗਲੇ ਦਾ ਬਜਟ ਹੀ ਨਾ ਹੋਵੇ ਉਹਨਾਂ, ਹੈ ਨਾ। ਤੁਹਾਡੇ ਨਾਲ ਪੈਸੇ ਠੱਗੀ ਮਾਰ ਕੇ ਜਾਨਵਰ ਸਹੀ ਦੇਤਾ, ਤੁਸੀਂ ਤਾਂ ਵੀ ਕਾਮਯਾਬ ਹੋ ਜਾਓਗੇ। ਬੱਕਰੀ ਪੜਾਉਂਦੀ ਤੁਸੀਂ ਬਈ 3 ਰੁਪਈਆਂ 'ਤੇ, 5 ਰੁਪਈਆਂ 'ਤੇ ਪੈਸੇ ਚੱਕ ਕੇ ਵਿਆਜ 'ਤੇ, ਅਤੇ ਤੁਸੀਂ ਕਰ ਲਓ, ਇਹ ਪੈਸੇ ਫਿਰ ਵੀ ਪੂਰੇ ਕਰੂਗੀ। ਪਰ ਕਈ ਹੁੰਦਾ ਜਾਨਵਰ ਠੱਗੀ ਆਪਾਂ ਖਾ ਕੇ, ਜਾਨਵਰ ਵੀ ਗਲਤ ਦੇ ਦਿੰਦੇ ਆ, ਵੱਡੀ ਉਮਰ ਦੇ ਦਿੰਦੇ ਆ, ਫਾਲਟ ਵਾਲਾ ਦੇ ਦਿੰਦੇ ਆ। ਇਹ 'ਚ ਬੜਾ ਕੁਛ ਆ ਕੰਮ, ਇਹ 'ਚ ਇਹ ਬੱਕਰੀ ਪਾਲਣ ਦਾ ਇਹ ਫਾਇਦਾ, ਤੁਸੀਂ 5-10 ਹਜ਼ਾਰ ਰੁਪਈਆ ਜੇਬ 'ਚ ਤੁਸੀਂ ਉਹ ਤੋਂ ਵੀ ਸ਼ੁਰੂ ਕਰ ਸਕਦੇ ਹੋ ਇਹਨੂੰ, ਸ਼ਹਿਰ ਵਾਲਾ ਵੀ। ਅਤੇ ਬਾਕੀ ਇਹਦੇ ਮਾਸ ਬਾਰੇ, ਇਹਦੇ ਦੁੱਧ ਬਾਰੇ, ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਵਿਸਥਾਰਪੂਰਕ ਦੱਸੂਗਾ ਵੀ ਕਾਹਤੋਂ ਰੱਖਣੀਆਂ ਚਾਹੀਦੀਆਂ, ਇਕੱਲੇ ਪੈਸੇ ਵਾਸਤੇ ਨਹੀਂ। ਇਹਦਾ ਦੁੱਧ ਵੀ ਬਹੁਤ ਕਾਮਯਾਬ ਆ ਬਈ, ਖਜ਼ਾਨਾ ਉੱਥੇ ਉਹ ਮੈਡੀਕਲ ਦਾ ਅਤੇ ਬਹੁਤ ਵਧੀਆ ਦੱਸਦੇ ਆ, ਪਰ ਜਿਹੜੀ ਖਰੀਦਦਾਰੀ ਹੁੰਦੀ ਆ, ਹੋਰ ਮਾਰਕੀਟ ਦਾ ਹੁੰਦਾ ਹੇਠੋਂ, ਤਾਂ ਜਿਵੇਂ ਖੱਸੀ ਬੱਕਰੇ ਹੋ ਗਏ, ਹੋਰ ਹੋ ਗਿਆ, ਉਹ ਤੁਹਾਨੂੰ ਟ੍ਰੇਨਿੰਗ ਪਰਸਨਲੀ ਜਿਹੜੇ ਪ੍ਰਾਈਵੇਟ ਅਧਾਰੇ ਦੇ ਰਹੇ ਉਹਨਾਂ ਤੋਂ ਲੈਣੀ ਪਊਗੀ। ਜਿਵੇਂ ਕਿ ਆਪਣੇ ਹਰ ਮਹੀਨੇ ਇੱਥੇ ਫਾਰਮ 'ਤੇ ਟ੍ਰੇਨਿੰਗ ਹੁੰਦੀ ਹੈ, ਉਹ ਪੁਰਾਣੇ ਕੰਮ ਸ਼ੁਰੂ ਕਰਨਾ ਇਹ ਬੱਕਰੀ ਤੋਂ ਹੀ ਕਰੇ, ਅਤੇ ਜਾਂ ਇੱਕ ਆਪਣੇ ਪੰਜਾਬ 'ਚ ਆਪਣੀ ਹੋਰ ਨਸਲ ਹੈਗੀ ਹੈ ਬਰਬਰੀ, ਉਹ ਹੋਰ ਸਟੇਟਾਂ 'ਚ ਵੀ ਪਾਈ ਜਾਂਦੀ ਹੈ, ਪਰ ਜਿਹੜੀ ਪਿਓਰ ਬੀਟਲ ਹੈ ਅੰਮ੍ਰਿਤਸਰੀ ਹੈ, ਉਹ ਦੁਨੀਆਂ ਦੀ ਸਭ ਤੋਂ ਵੱਡੀ, ਕੱਦ ਕਾਠ 'ਚ ਸਭ ਤੋਂ ਵੱਧ, ਵਜਨ ਦੇ ਵਿੱਚ ਅਤੇ ਦੁੱਧ ਦੇ ਵਿੱਚ ਸਾਰਿਆਂ ਨਾਲੋਂ ਤਕੜੀ ਬੱਕਰੀ ਹੈ। ਮੁੱਲ ਦਾ ਪੁੱਛਿਆ ਕਿੰਨੇ ਤੋਂ ਸ਼ੁਰੂ ਹੈ, ਇਹਦਾ ਕੋਈ ਪੈਮਾਨਾ ਨਹੀਂ ਗਾ, ਠੀਕ ਹੈ। ਤੁਹਾਨੂੰ ਇੰਨੀ ਕੁ ਸੂਝ ਹੋਣੀ ਚਾਹੀਦੀ, ਜਾਂ ਤਾਂ ਆਪਦੇ ਫਾਰਮ ਘੁੰਮੋ, ਜਾਂ ਕਿਸੇ ਕੋਲੋਂ ਕੰਮ ਸਿੱਖੋ, ਟ੍ਰੇਨਿੰਗ ਲਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਹ ਬੱਕਰੀ ਕਿੰਨੇ ਦੀ ਹੈ, ਸਹੀ ਮੁੱਲ ਹੈ। ਪਰ ਜਿਹੜੀ ਮੈਂ ਵਧੀਆ ਬੱਕਰੀ ਕਹਿ ਰਿਹਾ ਇਹ ਹੈਗੀ ਹੈ 20,000 ਤੋਂ ਚੱਲ ਪੈਂਦੀ ਹੈ ਬੀਟਲ ਦੀ ਵਧੀਆ, ਬਾਕੀ ਇਹ ਅਪ ਡਾਊਨ ਵੀ ਹੋ ਜਾਂਦੀ ਹੈ, 50,000, ਲੱਖ, 2 ਲੱਖ, 2.5 ਲੱਖ, 3 ਲੱਖ ਤੱਕ ਵੀ ਬੱਕਰੀਆਂ ਹੈਗੀਆਂ ਸਾਡੇ। ਮੈਂ ਆਪਦੇ ਹੱਥੀ ਵੇਚੀਆਂ ਬੱਕਰੇ, ਸਾਡੇ ਭਲਾਈਆਣਾ ਮੰਡੀ 'ਤੇ 5.5 ਲੱਖ ਦਾ ਬੱਕਰਾ ਵਿਕਿਆ ਸੀ, ਇਹਦਾ ਕੋਈ ਮੁੱਲ ਵਾਲੀ ਉਹ ਹੈ ਨਹੀਂ। ਪਰ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ, ਅਤੇ ਮੈਂ ਹਾਂ ਹਰਵਿੰਦਰ ਬਰਾੜ। ਦੋਸਤੋ, ਆਪਾਂ ਤੁਹਾਡੇ ਲਈ ਕੰਮ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ, ਔਰ ਅੱਜ ਇੱਕ ਨਵਾਂ ਕਿੱਤਾ ਮੁਖੀ ਕੋਰਸ, ਜਿਹੜਾ ਜਿਵੇਂ ਕਿੱਤਾ ਮੁਖੀ ਧੰਦੇ ਨੇ ਜਿਹੜੇ ਚੱਲਦੇ ਆਪਾਂ ਦੇਖਦੇ ਹਾਂ, ਬਹੁਤ ਸਾਰੇ ਦੋਸਤ ਅੱਜ ਕੱਲ੍ਹ ਕਿੱਤਾ ਮੁਖੀ ਧੰਦੇ ਚਲਾ ਰਿਹਾ। ਅੱਜ ਇੱਕ ਹੋਰ ਬਾਈ ਨਾਲ ਮਿਲਾਉਣ ਜਾ ਰਿਹਾ ਤੁਹਾਨੂੰ, ਜਿਨ੍ਹਾਂ ਨੇ ਬਹੁਤ ਵਧੀਆ ਧੰਦਾ ਸ਼ੁਰੂ ਕੀਤਾ, ਸਹਾਇਕ ਧੰਦਾ ਵੀ ਆਪਾਂ ਕਹਿ ਸਕਦੇ ਹਾਂ। ਅਤੇ ਮੇਰੇ ਨਾਲ ਆ ਬਾਈ ਬਰਾੜ ਬਠਿੰਡੇ ਵਾਲਾ, ਅਤੇ ਅੱਜ ਆਪਾਂ ਖੜ੍ਹੇ ਹਾਂ ਬਾਈ ਹੋਰਾਂ ਦੇ ਫਾਰਮ 'ਤੇ, ਪਿੰਡ ਕੋਠੇ ਕੌਰ ਸਿੰਘ ਵਾਲੇ ਅਬਲੂ ਦੇ ਵਿੱਚ, ਅਤੇ ਫਾਰਮ 'ਤੇ ਆਏ ਹਾਂ। ਬਾਈ ਨੇ ਨਵਾਂ ਫਾਰਮ ਤਿਆਰ ਕੀਤਾ, ਬਾਈ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ। ਬਾਈ ਵਧਾਈਆਂ ਤੁਹਾਨੂੰ, ਅਤੇ ਤੁਹਾਡਾ ਸਵਾਗਤ ਕਰਦੇ ਹਾਂ, ਅਤੇ ਜਿੰਨੇ ਦੇਸ਼ ਮਾਲਵਾ ਅਤੇ ਸਾਰੇ ਭਰਾ ਜੁੜਿਆ, ਬਾਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ, ਅਤੇ ਆ ਜਾਓ ਬਾਈ ਤੁਹਾਨੂੰ ਦਿਖਾਉਣੇ ਆ ਫਾਰਮ। ਹਾਂ ਬਿਲਕੁਲ ਬਾਈ, ਬਾਈ ਇਹ ਫਾਰਮ ਤੁਸੀਂ, ਤੁਹਾਡੇ ਮਨ 'ਚ ਕਿਵੇਂ ਆਇਆ? ਵੈਸੇ ਤੁਸੀਂ ਥੋੜ੍ਹਾ ਜਿਵੇਂ ਆਪਾਂ ਸੋਚੀਏ ਇੱਕ ਮੁਲਾਜ਼ਮ ਹੋ ਤੁਸੀਂ, ਪਰ ਨਾਲ ਨਾਲ ਇਹ ਕਿਵੇਂ ਮਨ ਦੇ ਵਿੱਚ ਆਇਆ ਵੀ ਆਪਾਂ ਯਾਰ ਸਹਾਇਕ ਧੰਦਾ ਵੀ ਅਪਣਾਈਏ? ਇਹ ਨਾ ਬਾਈ ਮੇਰਾ ਹਰਵਿੰਦਰ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਜਾਨਵਰਾਂ ਦਾ, ਹਾਂਜੀ, ਮਤਲਬ ਮੱਝਾਂ ਗਾਈਆਂ ਦਾ, ਅਤੇ ਇਹ ਭਰਤੀ ਹੋਣ ਤੋਂ ਪਹਿਲਾਂ ਹੀ ਸੀ ਮੇਰਾ ਸ਼ੌਂਕ। ਮੰਨ ਲਓ 15-16 ਦੇ ਵਿੱਚ ਮੈਂ ਇੱਕ ਪੱਠ ਲਿਆਇਆ ਸੀਗਾ, ਅਤੇ ਉਦੋਂ ਕੁਦਰਤੀ ਮੈਂ 16 ਦੇ ਵਿੱਚ ਭਰਤੀ ਹੋ ਗਿਆ ਸੀਗਾ, ਅਤੇ ਪਰ ਮੈਨੂੰ ਇੰਨਾ ਸ਼ੌਂਕ ਸੀ, ਬਚਪਨ ਤੋਂ ਹੀ ਸ਼ੌਂਕ ਹੈ ਇਹਨਾਂ ਦਾ, ਕਬੂਤਰਾਂ ਦਾ, ਮੁਰਗਿਆਂ ਦਾ, ਅਤੇ ਬੱਕਰੀਆਂ ਦਾ ਤਾਂ ਬਹੁਤ ਹੈ। ਅਤੇ ਫਿਰ ਇਹ ਅਸੀਂ ਨਾਲ ਨਾਲ ਮੈਂ ਰੱਖਿਆ, ਬਸ 1-2 ਸਾਲ ਔਖਾ ਹੋਇਆ ਜਦੋਂ ਮੇਰੀ ਟ੍ਰੇਨਿੰਗ ਸੀਗੀ, ਕਿਉਂਕਿ ਟ੍ਰੇਨਿੰਗ ਤੋਂ ਆਪਾਂ ਘਰੇ ਆ ਨਹੀਂ ਸਕਦੇ ਛੇਤੀ, ਹੈ ਨਾ। ਅਤੇ ਬਾਕੀ ਇਹਦੇ ਵਿੱਚ ਮੇਰੇ ਘਰਦਿਆਂ ਦਾ ਬਹੁਤ ਸਹਿਯੋਗ ਰਿਹਾ ਉਦੋਂ, ਅਤੇ ਥੋੜ੍ਹੇ ਤੋਂ ਥੋੜ੍ਹਾ ਵਾਧਾ ਗਿਆ, ਅਤੇ 7 ਸਾਲ ਮੈਂ ਆਪਦੇ ਘਰੇ ਹੀ ਫਾਰਮ 'ਤੇ ਪੁਰਾਣੇ ਕਮਰਿਆਂ ਦੇ ਵਿੱਚ ਹੀ ਟਾਈਮ ਪਾਸ ਕੀਤਾ। ਵਧੀਆ ਐਂ ਨਹੀਂ ਆ ਬਈ ਆਪਾਂ ਜਿਵੇਂ ਆਹ ਨਵਾਂ ਫਾਰਮ ਤਾਂ ਹੋਣੀ ਆ, ਆਪਣਾ ਪਿਛਲੇ ਮਹੀਨੇ ਤੋਂ ਹੀ ਸ਼ੁਰੂ ਹੋਇਆ, ਤਿਆਰ ਹੋਇਆ। ਠੀਕ ਹੈ ਬਈ, ਕਦੇ ਐਂ ਨਹੀਂ ਲੱਗਿਆ ਲੋਕਾਂ ਨੇ ਝੇਡਣ ਕੀਤੀਆਂ ਵੀ ਯਾਰ ਤੂੰ ਚੰਗਾ ਭਲਾ ਮੁਲਾਜ਼ਮ ਬੰਦਾ, ਤੂੰ ਆਹ ਕਿੱਧਰ ਬੱਕਰੀਆਂ ਵਾਲੇ ਕੰਮ 'ਚ ਪੈ ਗਿਆ? ਚਲੋ ਲੋਕਾਂ ਨੇ ਮੈਸਾਂ ਦਾ ਸੁਣਿਆ ਸੀ, ਮੱਝਾਂ ਦਾ, ਗਾਵਾਂ ਦਾ ਫਾਰਮ ਤਾਂ ਲੋਕ ਬਣਾਉਂਦੇ ਆ, ਪਰ ਇਹ ਕਿਵੇਂ ਤੁਹਾਡੇ ਦਿਮਾਗ 'ਚ ਜਾਂ ਲੋਕਾਂ ਨੇ
ਕਿਹੜਾ ਤਾਂ ਉਹਨੂੰ ਉਹ ਕੀਤਾ ਹੋਣਾ ਨਾ, ਬਹੁਤ ਇਹ ਤਾਂ ਹਾਸਾ ਮਜ਼ਾਕ ਨਾ ਬੜਾ, ਇਹ ਤਾਂ ਸਹਿਣੀਆਂ ਪੈਂਦੀਆਂ ਯਾਰ ਹਨਾ ਬਈ। ਇੱਕ ਤਾਂ ਤੁਸੀਂ ਆਮ ਵੀ ਜਿਹੜਾ ਆਪਣੇ ਜ਼ਿਮੀਂਦਾਰ ਦਾ ਭਰਾ ਨਾ ਕੋਈ ਵੀ ਕੰਮ ਕਰਦਾ ਉਹ ਐਂ ਘਰੇ ਦੱਬ ਕੇ ਰਹਿੰਦਾ ਵੀ ਲੋਕ ਕੀ ਕਹਿਣਗੇ ਹਨਾ। ਬਿਲਕੁਲ ਹਾਂ, ਉਹ ਸਾਰੇ ਕੁੜੀਆਂ ਮੁੰਡੇ ਬਹੁਤ ਟੈਲੈਂਟ ਪਿਆ ਆਪਣੇ ਪਿੰਡਾਂ 'ਚ, ਬਸ ਉਹ ਇੱਕ ਗੱਲ ਹੋਣੀ ਬਈ ਰਿਸ਼ਤੇਦਾਰ ਕੀ ਕਹਿਣਗੇ ਲੋਕ ਕੀ ਕਹਿਣਗੇ। ਅਤੇ ਮੈਨੂੰ ਤਾਂ ਕਹਿਣਾ ਹੀ ਕਹਿਣਾ ਸੀ ਬਈ ਇੱਕ 50-60 ਹਜ਼ਾਰ ਦੀ ਨੌਕਰੀ ਆ ਮੇਰੇ ਕੋਲ, ਉਹ ਵੀ ਸਰਕਾਰੀ ਪੰਜਾਬ ਪੁਲਿਸ ਦੀ, ਬਹੁਤ ਰੱਬ ਨੇ ਵੱਡੀ ਦਾਅ ਦਿੱਤੀ ਆ ਮੈਨੂੰ, ਸਾਰੀਆਂ ਨੌਕਰੀਆਂ ਨਾਲ ਮੈਨੂੰ ਇਹ ਸ਼ਾਹੀ ਨੌਕਰੀ ਲੱਗਦੀ ਹੈ। ਬਿਲਕੁਲ ਠੀਕ ਹੈ, ਮਹਿਕਮਾ ਵੀ ਬਹੁਤ ਚੰਗਾ ਬਹੁਤ ਵਧੀਆ ਇਹ, ਅਤੇ ਮੈਂ ਪਰ ਇਹਦੇ ਵਿੱਚ ਲੋਕ ਕਰੀ ਗਏ ਪਰ ਮੈਂ ਬਈ ਧਿਆਨ ਨਹੀਂ ਦਿੱਤਾ। ਮੇਰੇ ਕੋਲ ਨਾਲ ਮੁਲਾਜ਼ਮ ਭਰਾ ਵੀ ਕਹਿੰਦੇ ਹੁੰਦੇ ਸੀਗੇ, ਪਰ ਮੇਰਾ ਇੱਕ ਨੇਚਰ ਸੀਗਾ ਸਾਰਿਆਂ ਨੂੰ ਹਾਸੇ ਮਜ਼ਾਕ ਵਾਲਾ ਵਧੀਆ, ਮੈਂ ਗੱਲਾਂ ਗੱਲਾਂ 'ਚ ਮੈਂ ਬੰਦੇ ਨੂੰ ਉਹਨੂੰ ਸੈਟਿਸਫਾਈ ਕਰ ਦਿੰਦਾ ਹੁੰਦਾ ਸੀਗਾ। ਅਤੇ ਬਾਕੀ ਆਪਾਂ ਕਿਸੇ ਦੀ ਕੇਅਰ ਨਹੀਂ ਕੀਤੀ ਕਿ ਇਹਨੇ ਮਾੜਾ ਕਹਿਣਾ ਚੰਗਾ ਕਹਿਣਾ, ਕਿਉਂਕਿ ਇਹ ਮੇਰੀ ਬਈ ਲੋੜ ਵੀ ਸੀ ਅਤੇ ਮੇਰਾ ਸ਼ੌਂਕ ਵੀ ਸੀਗਾ। ਬਈ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਅਤੇ ਕਿਵੇਂ ਹੌਲੀ ਹੌਲੀ ਤੁਸੀਂ ਅੱਜ ਕੱਲ੍ਹ ਜਿਵੇਂ ਹੁਣ ਫਾਰਮ ਬਣਾ ਰਹੇ ਹੋ, ਇਹ 100 ਬੱਕਰੀ ਦਾ ਬਣਾ ਰਹੇ ਹੋ? ਇਹ ਹਾਂ 100 ਬੱਕਰੀ ਦਾ ਘੱਟੋ ਘੱਟ, ਪਰ ਮੈਂ 100 ਰੱਖਦਾ ਨਹੀਂ, ਮੈਂ 50-60 ਬੱਕਰੀਆਂ ਰੱਖੂੰਗਾ। ਠੀਕ ਹੈ, ਮੰਨ ਲਓ ਜਿਹੜੇ ਨਵੇਂ ਨੌਜਵਾਨ ਮੁੰਡੇ ਆ ਪੜ੍ਹੇ ਲਿਖੇ ਆ ਅੱਜ ਕੱਲ੍ਹ ਬਾਹਰ ਜਾਣ ਦੀ ਦੌੜ 'ਚ, ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋ ਕਿਵੇਂ ਸ਼ੁਰੂ ਕਰਨ? ਮੰਨ ਲਓ ਉਹਨੇ ਕਾਰੋਬਾਰ ਸ਼ੁਰੂ ਕਰਨਾ ਬੱਕਰੀਆਂ ਦਾ, ਬਈ ਜਿਹੜੇ ਦੇ ਬਾਹਰ ਜਾਣ ਦਾ ਕੀੜਾ ਬਣਿਆ ਪਿਆ, ਮੈਂ ਤਾਂ ਕਹਿੰਦਾ ਕਿਹੜਾ ਉਹ ਕੀੜਾ ਮਾਰਿਆ ਵੀ ਆਪਦਾ ਜਾਇਆ ਵੀ ਜਿਹੜੇ 4 ਪੈਸੇ ਲਾਉਣੇ ਆ ਹਨਾ। ਅਤੇ ਪਰ ਜਿਹੜਾ ਹੈਗਾ ਦਰਮਿਆਨਾ ਕਿਸੇ ਨੂੰ ਵੇਖੋ ਵੇਖੀ ਹੈ ਨਾ, ਜਾਂ ਪੁੱਠੇ ਹੱਥ ਕੰਡੇ ਜਿਵੇਂ ਡੌਂਕੀ ਵਗੈਰਾ ਹੋ ਗਈ, ਜਾਂ ਅੱਜ ਕੱਲ੍ਹ ਜਿਵੇਂ ਕੁੜੀਆਂ ਭਾਲ ਕੇ ਛੇਤੀ ਤੱਤੇ ਕਾਲੇ ਹੋ ਕੇ ਬਾਹਰ ਜਾਂਦੇ ਆ, ਉਹਦੇ ਨਾਲੋਂ ਬਈ ਇਹ ਕੰਮ ਕਰ ਲਓ ਬਹੁਤ ਫਾਇਦਾ, ਸਾਰੇ ਕੰਮਾਂ ਨਾਲੋਂ ਬਈ ਇਹਦੇ ਵਿੱਚ ਫਾਇਦਾ, ਹਰੇਕ ਜਾਨਵਰ ਨਾਲੋਂ ਮਾਰਕੀਟ ਇਹਦੀ ਬੱਕਰੀਆਂ ਦੀ ਬਹੁਤ ਵਧੀਆ। ਇਹ ਕਿਤੇ ਤੁਸੀਂ ਸੜਕ 'ਤੇ ਜਾਓਗੇ ਤੁਹਾਡੇ ਵਾਰਾ ਗਾਈਆਂ ਜਾਂ ਕੁੱਤੇ ਜਾਂ ਇਹ ਤਾਂ ਚੀਜ਼ਾਂ ਤੁਹਾਡੇ ਵਿੱਚ ਵੱਜਣਗੀਆਂ, ਕਿਤੇ ਤੁਸੀਂ ਬੱਕਰੀ ਵੇਖੀਏ ਕਿਤੇ ਜਾਂ ਬੱਕਰਾ ਛੱਡਿਆ ਬਈ ਇਹਦੇ ਕੀੜੇ ਪੈ ਗਏ, ਇਹਦੀ ਲੱਤ ਟੁੱਟੀ ਪਈ ਹੈ, ਇਹਦੀ ਬਹੁਤ ਤਕੜੀ ਮਾਰਕੀਟ ਆ ਬਈ। ਇਹ ਆਏ ਨਹੀਂ ਬਈ ਅੱਜ ਫੇਲ ਹੋਣ ਵਾਲੀ, ਜਿਵੇਂ ਕੜਕਨਾਥ ਆਏ ਸੀ ਸੂਰ ਆਏ ਸੀਗੇ, ਉਹ ਟਾਈਮ ਟੂ ਟਾਈਮ ਨਾ ਜਿਹੜੀਆਂ ਕੰਪਨੀਆਂ ਕੰਟਰੈਕਟ 'ਚ ਲੈ ਕੇ ਉਹ ਮੰਨ ਲਾ ਹਵਾ ਉਡਾਉਂਦੀਆਂ, ਪਰ ਇਹ ਚੱਕਰ ਨਹੀਂ। ਇਹ ਬਈ ਇੱਕ ਆਪਣਾ ਧਾਰਮਿਕ ਮੁੱਦੇ ਨਾਲ ਵੀ ਜੁੜਿਆ ਹੋਇਆ ਬੱਕਰੀ ਪਾਲਣਾ, ਜਿੰਨਾ ਸਾਲ ਤੋਂ ਕੁਰਬਾਨੀ ਲੱਗਦੀ ਹੈ ਭਰਾ ਮੁਸਲਮਾਨਾਂ ਦੀ, ਆਪਣੇ ਜਿਹੜੇ ਇੰਡੀਆ ਦੇ ਵਿੱਚ ਹੋਰ ਉਹ ਜਾਨਵਰ ਕੁਰਬਾਨੀ ਨਹੀਂ ਕਰ ਸਕਦੇ, ਗਾਂ ਨੂੰ ਜਾਂ ਕੋਈ ਉੱਠ ਵਗੈਰਾ ਉਹ ਨਹੀਂ ਕਰ ਸਕਦੇ, ਉਹ ਸਾਰੇ ਮੁਸਲਮਾਨ ਭਰਾ ਆਪਣੇ ਬੱਕਰਿਆਂ ਦੀ ਕੁਰਬਾਨੀ ਕਰਦੇ ਆ, ਸਾਰੇ ਉਦੋਂ ਵੱਡੇ ਜਾਨਵਰ ਉੱਧਰ ਲੱਗ ਜਾਂਦੇ ਆ। ਬਾਕੀ ਆਪਣੇ ਪੰਜਾਬੀਆਂ ਦੇ ਵਿੱਚ ਵੀ ਮੇਨ ਵਿਆਹਾਂ ਦੇ ਵਿੱਚ ਵੀ ਬੱਕਰਾ ਪਰੋਸਿਆ ਜਾਂਦਾ, ਅਤੇ ਇਹਦਾ ਕੋਈ ਐਂ ਚੱਕਰ ਹੀ ਨਹੀਂ ਬਈ ਕੰਮ ਇਹ ਫੇਲ ਹੋ ਜੂਗਾ। ਹਾਂ ਬਈ ਬਰਾੜ ਬਈ ਇੱਕ ਹੋਰ ਦੱਸੋ, ਜੋ ਮੰਨ ਲਓ ਆਪਾਂ ਸ਼ੁਰੂ ਕਰਨਾ, ਕਿੰਨੀਆਂ ਬੱਕਰੀਆਂ 5-7 ਤੋਂ ਨਵੇਂ ਮੁੰਡੇ ਨੇ ਕਿਸੇ ਨੇ ਸ਼ੁਰੂ ਕਰਨਾ? ਇਹ ਆਏ ਆ ਹਰਵਿੰਦਰ ਅੱਡੋ ਅੱਡ, ਇੱਕ ਤਾਂ ਇਹਦਾ ਇਹੀ ਫਾਇਦਾ ਬੱਕਰੀ ਪਾਲਣ ਦਾ ਹਨਾ, ਇਹ ਤੁਸੀਂ 5,000 ਤੋਂ ਵੀ ਸ਼ੁਰੂ ਕਰ ਸਕਦੇ ਹੋ, 5 ਲੱਖ ਤੋਂ ਵੀ। ਇੱਕ ਤਾਂ ਇਹਦੇ ਵਿੱਚ ਹੁੰਦਾ ਬਈ ਆਪਣਾ ਘਰ ਦਾ ਬਜਟ ਕੀ ਆ, ਹੁਣ ਮੈਂ ਬਾਜਮਾ ਤੁਹਾਨੂੰ ਦੱਸਦਾ ਅਗਲੇ ਦਾ ਬਜਟ ਹੀ ਨਾ ਹੋਵੇ ਉਹਨਾਂ ਹਨਾ, ਅਤੇ ਇਹਦੇ ਵਿੱਚੋਂ ਜਿਹੜੇ ਨੇ ਵਧੀਆ ਕੰਮ ਕਰਨਾ, ਪ੍ਰੋਪਰ ਕੰਮ ਕਰਨਾ, ਫਾਰਮ ਬਣਾ ਕੇ ਕੰਮ ਕਰਨਾ, ਉਹ 9 ਬੱਕਰੀਆਂ 1 ਬੱਕਰਾ ਰੱਖੇ, 10 ਤੋਂ ਸੈੱਟ ਤੋਂ ਚਲਾਵੇ। ਠੀਕ ਹੈ, ਹਾਂ ਉਹ 'ਚ ਵਧੀਆ, ਉਹ 'ਚ ਉਹਨੂੰ ਸਾਰਾ ਸਾਲ ਦਾ ਉਹਨੂੰ ਪਤਾ ਲੱਗ ਜੂਗਾ ਬਈ ਇਹਦਾ ਕੀ ਖਰਚਾ, ਇਹਦੀ ਕੀ ਆਮਦਨ ਹੈ। ਜਿਹੜੀ ਆਪਾਂ ਇੱਕ ਅੱਧੀ ਰੱਖ ਲੈਂਦੇ ਜਾਂ ਮੇਵਣੇ ਲਿਆਉਣੇ ਆ, ਉਹਨਾਂ ਤੋਂ ਥੋੜ੍ਹਾ ਜਿਹਾ ਕੰਮ ਚਲਾਉਣਾ ਔਖਾ ਹੋ ਜਾਂਦਾ। ਬਈ ਇਹਦੇ 'ਚ ਜਿਵੇਂ ਆਪਾਂ ਹੁਣ ਬੱਕਰੀਆਂ ਦੀ ਗੱਲ ਕਰ ਲਈ ਵੀ ਰੱਖ ਲਈ, ਫਿਰ ਨਸਲ ਕਿਹੜੀ ਹੋਣੀ ਚਾਹੀਦੀ ਆ, ਹੈ ਨਾ? ਅਤੇ ਕਿਹੜੀ ਕਿਹੜੀ ਨਸਲ ਦੀ, ਉਹ 'ਚ ਵੀ 2-2 ਬੱਕਰੀਆਂ ਸਾਰੀ ਵਰਾਇਟੀ, ਜਾਂ ਕਿਹੜੀ ਨਸਲ ਜਿਹੜੀ ਆਪਾਂ ਨੂੰ ਲੱਗਦੀ ਹੈ ਵੀ ਜ਼ਿਆਦਾ ਆਪਾਂ ਨੂੰ ਆਮਦਨ ਦੇ ਸਕਦੀ ਆ ਜਾਂ ਜ਼ਿਆਦਾ ਅੱਗੇ ਗਰੋ ਕਰ ਸਕਦੀ ਆ, ਤਾਂ ਕਿਹੜੀ ਨਸਲ ਤੋਂ ਜਿਹੜਾ ਸ਼ੁਰੂ ਕਰਨਾ? ਤੁਹਾਡੇ ਆਪਣੇ ਦੇਸ਼ ਮਾਲਵਾ ਚੈਨਲ 'ਤੇ ਭਰਾ ਜੁੜੇ ਆ, ਸਾਰੇ ਪੰਜਾਬੀ ਜੁੜੇ, ਹੈ ਨਾ? ਹਾਂਜੀ, ਤੁਹਾਨੂੰ ਇੱਕ ਆਪਾਂ ਇਹ ਸੁਨੇਹਾ ਦਿੰਦੇ ਹਾਂ ਪੰਜਾਬੀਆਂ ਨੂੰ, ਜਿਹੜੇ ਆਪਣੇ ਲੋਕ ਹਨੇਰੇ 'ਚ ਆ, ਹੈ ਨਾ? ਬਿਲਕੁਲ, ਆਪਣੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਹੈਗੀ ਹੈ ਉਹ ਆਪਣੇ ਪੰਜਾਬ ਦੀ ਬੱਕਰੀ ਹੈ। ਠੀਕ ਹੈ, ਕੋਈ ਤੁਹਾਨੂੰ ਇਹ ਨਹੀਂ ਗਾ ਬਈ ਘੋੜਿਆਂ ਵਾਂਗੂ ਜਾਂ ਕੁੱਤੇ ਬਾਹਰੋਂ ਮੰਗਾਉਣੇ ਪੈਣਗੇ, ਅਪੋਰਟ ਕਰਾਉਣੇ ਪੈਣਗੇ, ਲੋਕ ਮੰਗਦੇ ਆ, ਹਰੇਕ ਕੰਟਰੀ ਦਾ ਬੰਦਾ ਮੰਗਦਾ ਬੱਕਰੀ ਆਪਣੀ ਪੰਜਾਬ ਦੀ, ਅਤੇ ਉਹ ਹੈਗੀ ਆ ਬੀਟਲ ਨਸਲ, ਜਿਹਨੂੰ ਪਾਕਿਸਤਾਨ ਦੇ ਵਿੱਚ ਅੰਮ੍ਰਿਤਸਰੀ ਕਹਿ ਦਿੰਦੇ ਆ ਬੱਕਰੀ, ਜਾਂ ਬੀਟਲ ਕਹਿ ਦਿੰਦੇ ਆ। ਠੀਕ ਹੈ, ਜਿਹੜੇ ਭਰਾ ਨੇ ਕੰਮ ਸ਼ੁਰੂ ਕਰਨਾ ਇਹ ਬੱਕਰੀ ਤੋਂ ਹੀ ਕਰੇ, ਅਤੇ ਜਾਂ ਇੱਕ ਆਪਣੇ ਪੰਜਾਬ 'ਚ ਆਪਣੀ ਹੋਰ ਨਸਲ ਹੈਗੀ ਬਰਬਰੀ, ਉਹ ਹੋਰ ਸਟੇਟਾਂ 'ਚ ਵੀ ਪਾਈ ਜਾਂਦੀ ਹੈ, ਪਰ ਜਿਹੜੀ ਪਿਓਰ ਬੀਟਲ ਹੈ ਅੰਮ੍ਰਿਤਸਰੀ ਹੈ
ਉਹ ਦੁਨੀਆ ਦੀ ਸਭ ਤੋਂ ਵੱਡੀ ਕੱਦ ਕਾਠ 'ਚ ਸਭ ਤੋਂ ਵੱਧ ਵਜ਼ਨ ਦੇ ਵਿੱਚ ਅਤੇ ਦੁੱਧ ਦੇ ਵਿੱਚ ਸਾਰਿਆਂ ਨੂੰ ਤਕੜੀ ਬੱਕਰੀ ਹੈ ਅਤੇ ਆਪਾਂ ਨੂੰ ਮਹਾਰਾਜ ਨੇ ਬਈ ਗੋਡ ਗਿਫਟ ਦਿੱਤਾ ਠੀਕ ਹੈ ਇਹ 'ਚ ਸ਼ਰਮ ਨਾ ਮੰਨੋ ਜੇ ਤੁਹਾਨੂੰ ਕੋਈ ਕਹਿੰਦਾ ਯਾਰ ਬੱਕਰੀ ਰੱਖੀ ਬੈਠਾ ਉਹਨੂੰ ਕਹਿ ਬੱਕਰੀ ਨਹੀਂ ਇਹ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਪੰਜਾਬ ਦੀ ਬੱਕਰੀ ਰੱਖੀ ਹੈ ਮੈਂ ਹਾਂ ਇਹ ਚੀਜ਼ ਹੋਈ ਅਤੇ ਬਈ ਜਿਵੇਂ ਤੁਸੀਂ ਗੱਲ ਕੀਤੀ ਆਪਾਂ ਬਰਬਰੀ ਗੱਲ ਕੀਤੀ ਆ ਬੀਟਲ ਦੀ ਗੱਲ ਬੀਟਲ ਬੱਕਰੀਆਂ ਮੰਨ ਲਓ ਲੈਣੀਆਂ ਕਿ ਅੱਜ ਕੱਲ੍ਹ ਮਾਰਕੀਟ ਤੁਸੀਂ ਦੇਖਦੇ ਹੋ ਮਾਰਕੀਟ ਬਹੁਤ ਸਾਰੀਆਂ ਬੱਕਰਾ ਮੰਡੀਜ਼ ਆਪਾਂ ਦੇਖਦੇ ਹਾਂ ਪੰਜਾਬ 'ਚ ਲੱਗ ਰਹੀਆਂ ਤਾਂ ਕਿੰਨਾ ਕੁ ਅੱਜ ਕੱਲ੍ਹ ਪ੍ਰਾਈਜ਼ ਹੈ ਨੋਰਮਲ ਬੰਦੇ ਨੇ ਲੈਣੀਆਂ ਹੁਣ ਇਹ ਬਈ ਸਭ ਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਇੱਕ ਤਾਂ ਸਿੱਖ ਕੇ ਅਤੇ ਟ੍ਰੇਨਿੰਗ ਲੈ ਕੇ ਕਰੇ ਇਹਦੇ ਵਿੱਚ ਬਈ ਹੁਣ ਮੇਰੀ ਵੀਡੀਓ ਵੇਖ ਕੇ ਤੁਹਾਡੇ 'ਤੇ ਬੜੇ ਮਨ ਬਣਾ ਲੈਣਗੇ ਮੈਂ ਨਾ ਫਸਾਉਣਾ ਨਹੀਂ ਚਾਹੁੰਦਾ ਲੋਕਾਂ ਨੂੰ ਵੀਡੀਓ ਪਾ ਕੇ ਨਾ ਇਹਦੇ ਵਿੱਚ ਮੈਂ ਦੱਸ ਦਿੰਦਾ 100 ਦੇ ਵਿੱਚੋਂ 90 ਬੰਦੇ ਫੇਲ ਹੋ ਰਹੇ ਆ ਇਸ ਟਾਈਮ ਉਹ ਕੀ ਹੋ ਰਿਹਾ ਖਰੀਦਦਾਰੀ ਵੇਲੇ ਜਿਵੇਂ ਤੁਸੀਂ ਮੁੱਲ ਦਾ ਪੁੱਛਿਆ ਕਿੰਨੇ ਤੋਂ ਸ਼ੁਰੂ ਹੈ ਇਹਦਾ ਕੋਈ ਪੈਮਾਨਾ ਨਹੀਂ ਗਾ ਠੀਕ ਹੈ ਤੁਹਾਨੂੰ ਇੰਨੀ ਕੁ ਸੂਝ ਹੋਣੀ ਚਾਹੀਦੀ ਜਾਂ ਤਾਂ ਆਪਦੇ ਫਾਰਮ ਘੁੰਮੋ ਜਾਂ ਕਿਸੇ ਕੋਲੋਂ ਕੰਮ ਸਿੱਖੋ ਟ੍ਰੇਨਿੰਗ ਲਓ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਹ ਬੱਕਰੀ ਕਿੰਨੇ ਦੀ ਹੈ ਸਹੀ ਮੁੱਲ ਹੈ ਪਰ ਜਿਹੜੀ ਮੈਂ ਵਧੀਆ ਬੱਕਰੀ ਕਹਿ ਰਿਹਾ ਇਹ ਹੈਗੀ ਹੈ 20,000 ਤੋਂ ਚੱਲ ਪੈਂਦੀ ਹੈ ਬੀਟਲ ਦੀ ਵਧੀਆ ਬਾਕੀ ਅਪ ਡਾਊਨ ਵੀ ਹੋ ਜਾਂਦੀ ਹੈ 50,000 ਲੱਖ 2,00,000 2.5 ਲੱਖ 3,00,000 ਤੱਕ ਵੀ ਬੱਕਰੀਆਂ ਹੈਗੀਆਂ ਸਾਡੇ ਮੈਂ ਆਪਦੇ ਹੱਥੀ ਵੇਚੀਆਂ ਬੱਕਰੇ ਸਾਡੇ ਭਲਾਈਆਣਾ ਮੰਡੀ 'ਤੇ 5.5 ਲੱਖ ਦਾ ਬੱਕਰਾ ਵਿਕਿਆ ਸੀ ਇਹਦਾ ਕੋਈ ਮੁੱਲ ਵਾਲੀ ਉਹ ਹੈ ਨਹੀਂ ਪਰ ਜਿਹੜੇ ਨਵੇਂ ਬੰਦੇ ਨੇ ਹੈਗੀ ਆ ਉਹ ਬੱਕਰੀ ਪੂਰੀ ਵੇਖ ਕੇ ਕੋਈ ਨੁਕਸ ਨਾ ਹੋਵੇ ਵਧੀਆ ਪਾਰਖੂ ਬੰਦਾ ਨਾਲ ਜਾ ਕੇ ਉਹ ਲਵੇ ਠੀਕ ਹੈ ਅਤੇ 20 ਤੋਂ 25,000 ਦੇ ਵਿੱਚ ਬੱਕਰੀ ਲਵੇ ਜਿਹਨੇ ਨਵਾਂ ਕੰਮ ਸਟਾਰਟ ਕਰਨਾ ਚੰਗਾ ਬਰੀਡਰ ਛੱਡੇ ਉਹ ਅਤੇ ਵਧੀਆ ਰਿਜ਼ਲਟ ਲੈ ਕੇ ਕਰ ਸਕਦਾ ਇਹ ਮੰਨ ਲਾ ਬਹੁਤ ਲੰਮੀ ਖੇਡ ਆ ਇਹਦੇ ਵਿੱਚ ਪਰ ਇਹਦੇ ਵਿੱਚ ਕੀ ਹੁੰਦਾ ਆਮ ਬੰਦਾ ਵੀਡੀਓ ਦੇਖ ਕੇ ਯੂਟਿਊਬ ਤੋਂ ਮੰਡੀ ਜਾ ਵੜਿੰਦਾ ਉੱਥੇ ਵਪਾਰੀ ਦਲਾਲ ਸਾਰੇ ਨੀਗੇ ਹਾਂ ਕੁਛ ਰਗੜਾ ਜਾਂਦਾ ਬਹੁਤ ਲੁੱਟ ਹੋ ਜਾਂਦੀ ਹੈ ਇੱਕ ਤਾਂ ਤੁਹਾਡੇ ਨਾਲ ਪੈਸੇ 'ਚ ਠੱਗੀ ਤਾਂ ਚਲੋ ਵੱਜ ਗਈ ਜੇ ਤੁਹਾਡੇ ਨਾਲ ਪੈਸੇ ਠੱਗੀ ਮਾਰ ਕੇ ਜਾਨਵਰ ਸਹੀ ਦੇਤਾ ਤੁਸੀਂ ਤਾਂ ਵੀ ਕਾਮਯਾਬ ਹੋ ਜਾਓਗੇ ਬੱਕਰੀ ਭਲਾਂਦੀ ਤੁਸੀਂ ਬਈ 3 ਰੁਪਈਆਂ 'ਤੇ 5 ਰੁਪਈਆਂ 'ਤੇ ਪੈਸੇ ਚੱਕ ਕੇ ਵਿਆਜ 'ਤੇ ਅਤੇ ਤੁਸੀਂ ਕਰ ਲਓ ਇਹ ਪੈਸੇ ਫਿਰ ਵੀ ਪੂਰੇ ਕਰੂਗੀ ਪਰ ਕਈ ਹੁੰਦਾ ਜਾਨਵਰ ਠੱਗੀ ਆਪਾਂ ਖਾ ਕੇ ਜਾਨਵਰ ਵੀ ਗਲਤ ਦੇ ਦਿੰਦੇ ਆ ਵੱਡੀ ਉਮਰ ਦੇ ਦਿੰਦੇ ਆ ਫਾਲਟ ਵਾਲਾ ਦੇ ਦਿੰਦੇ ਆ ਇਹ 'ਚ ਬੜਾ ਕੁਛ ਆ ਬਈ ਇਹ 'ਚ ਬਈ ਜਿਵੇਂ ਆਪਾਂ ਹੁਣ ਇਹ ਤਾਂ ਗੱਲ ਕਰ ਲਈ ਇੱਕ ਤੁਸੀਂ ਟ੍ਰੇਨਿੰਗ ਦੀ ਗੱਲ ਕੀਤੀ ਆ ਇਹ ਵੀ ਬਹੁਤ ਜ਼ਰੂਰੀ ਆ ਬਹੁਤ ਸਾਰੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਹੈਗੇ ਆ ਇਹ ਜਿਹੜੀ ਪ੍ਰੋਪਰ ਟ੍ਰੇਨਿੰਗ ਕਿਵੇਂ ਮਿਲਦੀ ਹੈ ਕਿੱਥੋਂ ਮਿਲਦੀ ਆ ਠੀਕ ਹੈ ਉਸ ਤੋਂ ਬਾਅਦ ਟ੍ਰੇਨਿੰਗ ਤੋਂ ਬਾਅਦ ਜਿਵੇਂ ਤੁਸੀਂ ਆ ਫਾਰਮ ਕਰ ਰਹੇ ਹੋ ਮੰਨ ਲਓ 6 ਮਹੀਨੇ ਉਹਨੇ ਬੱਕਰੀਆਂ ਰੱਖੀਆਂ ਕੰਮ ਕਰ ਲਿਆ ਤਾਂ ਗਵਰਨਮੈਂਟ ਦਾ ਕੀ ਸਹਿਯੋਗ ਰਹਿੰਦਾ ਕਿਸ ਤਰ੍ਹਾਂ ਦੇ ਲੋਨ ਪ੍ਰੋਵੀਜ਼ਨ ਕੀ ਹੈਗਾ ਥੋੜ੍ਹੀ ਜਿਹੀ ਜਾਣਕਾਰੀ ਮੈਂ ਚਾਹੂੰਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਗੜਵਾਸੂ ਯੂਨੀਵਰਸਿਟੀ ਅਤੇ KVK ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਬਣੇ ਹੋਏ ਆ ਇਹ ਟਾਈਮ ਟੂ ਟਾਈਮ ਸਰਕਾਰੀ ਟ੍ਰੇਨਿੰਗਾਂ ਦਿੰਦੇ ਆ ਠੀਕ ਹੈ ਅਤੇ ਉੱਥੇ ਉਹ ਮੈਡੀਕਲ ਦਾ ਅਤੇ ਬਹੁਤ ਵਧੀਆ ਦੱਸਦੇ ਆ ਪਰ ਜਿਹੜੀ ਖਰੀਦਦਾਰੀ ਹੁੰਦੀ ਆ ਹੋਰ ਮਾਰਕੀਟ ਦਾ ਹੁੰਦਾ ਹੇਠੋਂ ਤਾਂ ਜਿਵੇਂ ਖੱਸੀ ਬੱਕਰੇ ਹੋ ਗਏ ਹੋਰ ਹੋ ਗਿਆ ਉਹ ਤੁਹਾਨੂੰ ਟ੍ਰੇਨਿੰਗ ਪਰਸਨਲੀ ਜਿਹੜੇ ਪ੍ਰਾਈਵੇਟ ਅਧਾਰੇ ਦੇ ਰਹੇ ਉਹਨਾਂ ਤੋਂ ਲੈਣੀ ਪਊਗੀ ਜਿਵੇਂ ਕਿ ਆਪਣੇ ਹਰ ਮਹੀਨੇ ਇੱਥੇ ਫਾਰਮ 'ਤੇ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਮੇਰਾ ਇਹੀ ਹੁੰਦਾ ਨਵੇਂ ਬੰਦਿਆਂ ਨੂੰ ਇੱਕ ਤਾਂ ਆਪਾਂ ਖਰੀਦਦਾਰੀ ਸਿਖਾ ਦਈਏ ਉਹਦੀ ਕਿੱਥੇ ਠੱਗੀ ਹੋਣੀ ਹੈ ਇੱਕ ਇਹ 'ਚ ਕੀ ਇਹ ਖਾਂਦੀ ਪੀਂਦੀ ਹੈ ਇਹਦਾ ਰੱਖ ਰਖਾ ਸਾਰਾ ਕੁਛ ਉਹ ਦੱਸ ਦਈਏ ਠੀਕ ਹੈ ਬਿਮਾਰੀਆਂ ਆਉਂਦੀਆਂ ਕਿੱਥੇ ਘਾਟਾ ਵਾਧਾ ਉਹ ਹੈ ਅਤੇ ਜਿਹੜਾ ਤੁਸੀਂ ਲੋਨ ਦੇ ਵਿੱਚ ਹੈਗਾ ਲੋਨ ਇਹਦੇ ਵਿੱਚ ਕੋਈ ਵੱਡੀ ਖਾਸ ਸਕੀਮਾਂ ਹੈ ਨਹੀਂ ਆ ਬਈ ਪੰਜਾਬ ਸਰਕਾਰ ਵੱਲੋਂ ਵੀ ਕੋਈ ਹਜੇ ਤੱਕ ਨਹੀਂ ਆਈ ਨਾ ਯੂਨੀਵਰਸਿਟੀਆਂ ਵੱਲੋਂ ਪਰ ਹੁਣ ਜਿਹੜੀ ਸੈਂਟਰ ਗੌਰਮੈਂਟ 'ਚ 2-3 ਸਾਲਾਂ ਤੋਂ ਸਕੀਮ ਚੱਲ ਰਹੀ ਹੈ NLM ਨੈਸ਼ਨਲ ਲਾਈਫ ਸਟਾਕ ਮਿਸ਼ਨ ਇੱਕ PMEGP ਹੈ ਉਹਦੇ ਵਿੱਚ 25-35% ਆ ਜਿਹੜੀ NLM ਉਹ 'ਚ 50% ਸਬਸਿਡੀ ਹੈ ਹੁਣ ਕਈ ਟ੍ਰੇਨਿੰਗ ਵਾਲੇ ਦਾ ਹੋਕਾ ਦੇ ਦਿੰਦੇ ਆ ਉਹ ਅਗਲਾ ਲੋਨ ਦੇ ਕਰਕੇ ਟ੍ਰੇਨਿੰਗ ਲੈਣ ਦਾ ਲੋਨ ਪਾਸ ਨਹੀਂ ਹੋ ਰਹੇ ਪੰਜਾਬ 'ਚ ਪਤਾ ਨਹੀਂ ਕਿੱਥੇ ਦਿੱਕਤ ਹੈ ਪਤਾ ਨਹੀਂ ਆਪਣੇ ਡਿਪਾਰਟਮੈਂਟਾਂ 'ਚ ਹੈ ਕਿ ਲੋਕਾਂ 'ਚ ਤਾਂ ਹੈ ਨਹੀਂ ਲੋਕ ਵਧੀਆ ਟ੍ਰੇਨਿੰਗ ਕਰਕੇ ਸਾਰਾ ਕੁਝ ਚੰਗੀ ਫਾਈਲ ਲਾਉਂਦੇ ਆ ਕਾਗਜ਼ ਸਹੀ ਲਾਉਂਦੇ ਆ ਪਰ ਉਵੇਂ ਹਜੇ ਲੋਨ ਪਾਸ ਨਹੀਂ ਹੋਏ ਸਕੀਮ ਜ਼ਰੂਰ ਹੈਗੀ ਹੈ ਹਾਂਜੀ ਬਈ ਇਹ ਵੀ ਇੱਕ ਤਰਾਸ ਦੀ ਆਪਾਂ ਕਹਿ ਸਕਦੇ ਹਾਂ ਜਿਵੇਂ ਆਪਾਂ ਕਹਿੰਦੇ ਨੌਜਵਾਨਾਂ ਕੋਲ ਰੁਜ਼ਗਾਰ ਹੈ ਨਹੀਂ ਪਰ ਰੁਜ਼ਗਾਰ ਤਾਂ ਜੇ ਆਪਾਂ ਪੈਦਾ ਕਰਦੇ ਹਾਂ ਤਾਂ ਗੌਰਮੈਂਟ ਫਿਰ ਵੀ ਆਪਾਂ ਨੂੰ ਬੂਸਟ ਨਹੀਂ ਕਰਦੀ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਜ਼ਰੂਰ ਗੱਲ ਧਿਆਨ ਦੇਣ ਯੋਗ ਵੀ ਆ ਬਹੁਤ ਸਾਰੇ ਦਰਸ਼ਕ ਜੁੜੇ ਆ ਬਹੁਤ ਸਾਰੇ ਲੋਕ ਪੰਜਾਬ ਦੇ ਦੇਖਣਗੇ ਤਾਂ ਮਾਣਯੋਗ ਸਾਡੇ ਜਿਹੜੇ ਪੰਜਾਬ ਸਰਕਾਰ ਉਹਨਾਂ ਨੂੰ ਚਾਹੀਦਾ
ਵੀ ਉਹ ਜ਼ਰੂਰ ਇਸ ਗੱਲ ਬਾਰੇ ਵੀ ਗੌਰ ਕਰਨ। ਨਹੀਂ ਦੱਸ ਦਿੰਦਾ ਆਪਣਾ, ਚਲੋ ਤੁਸੀਂ ਸੁਣਿਆ ਸਰਕਾਰ ਨੂੰ ਰੱਖ ਲਓ ਜਾਂ ਕਿਵੇਂ ਵੀ ਰੱਖ ਲਓ, ਜਿਹੜੇ ਮੇਨ ਬੰਦੇ ਹੈਗੇ ਹੈ ਨਾ। ਹਾਂਜੀ ਹਾਂਜੀ। ਇਹ ਹੁਣ ਜੇ NLM ਦੀ ਇੱਕ ਮੇਰਾ, ਮੈਂ ਹੁਣ 200 ਬੱਕਰੀ ਦਾ ਭਰਿਆ ਫਾਰਮ, ਠੀਕ ਹੈ, ਸਾਰਾ ਕੁਛ ਹੋਇਆ ਪਿਆ, ਡਾਕਟਰ ਚੈੱਕ ਕਰਕੇ ਗਏ ਆ, ਫਾਈਲ ਪਤਾ ਨਹੀਂ ਕਿੱਥੇ ਅੜੀ ਪਈ ਆ ਉਹ, ਠੀਕ ਹੈ। ਜੇ ਉਹ ਅੱਜ ਲੋਨ ਪਾਸ ਹੁੰਦਾ, ਪਹਿਲਾਂ ਤਾਂ ਭੱਠੇ ਵਾਲਿਆਂ ਦਾ ਕੰਮ ਚੱਲੂ, ਉਹ 'ਚ ਅੱਟ ਬਹੁਤ ਲੱਗੂਗੀ, ਠੀਕ ਹੈ, ਅਤੇ ਭੱਠੇ ਦੀ ਅੱਟ ਲੱਗੂਗੀ, ਫਿਰ ਉਹ 'ਚ ਲੋਹਾ ਵੈਲਡਿੰਗ ਵਗੈਰਾ ਹੋਰ ਕਿੰਨੇ ਮਿਸਤਰੀਆਂ ਨੂੰ ਕੰਮ ਮਿਲੂਗਾ, ਫਿਰ ਉਹਦੇ ਵਿੱਚ ਘੱਟੋ ਘੱਟ 200 ਬੱਕਰੀ 'ਤੇ ਮੈਂ 4 to 5 ਮੁਲਾਜ਼ਮਾਂ ਨੂੰ ਕੰਮ ਦੇਊਂਗਾ ਚੰਗੀ ਤਨਖਾਹ 'ਤੇ। ਬਿਲਕੁਲ। ਅਤੇ ਬਾਕੀ ਸਰਕਾਰ ਨੂੰ ਵੀ ਬੜੀ ਆਮਦਨ ਹੋਣੀ ਹੈ, ਟਰਾਂਸਪੋਰਟ ਦੀ ਹੋਣੀ ਹੈ, ਬੱਕਰੀਆਂ ਲਿਆਉਣੀਆਂ ਛੱਡਣੀਆਂ ਵੇਚਣੀਆਂ ਕਰਨੀਆਂ, ਫੀਡ ਵਾਲਿਆਂ ਨੂੰ ਅੱਡ ਆਮਦਨ ਹੋਣੀ ਹੈ, ਇਹ 'ਚ ਇੱਕ ਫਾਰਮ ਤੋਂ ਘੱਟੋ ਘੱਟ 20 ਘਰ ਚੱਲਣਗੇ ਬਈ। ਬਿਲਕੁਲ, ਠੀਕ ਹੈ। ਜੇ ਇਹ ਲੋਨ ਪਾ, ਆਪਾਂ ਕਹਿ ਦਿੰਦੇ ਹਾਂ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਪੰਜਾਬ ਨਾਲ, ਪੈਸੇ ਨਹੀਂ ਦੇ ਰਹੀ ਬਈ, ਹੈ ਨਾ, ਅਤੇ ਇਹਦੇ ਵਿੱਚ ਬਈ 50% ਸਬਸਿਡੀ ਦੇ ਰਹੀ ਹੈ ਸੈਂਟਰ ਗੌਰਮੈਂਟ ਆਪਦੇ ਕੋਲੋਂ ਬਈ। ਸਰਕਾਰਾਂ ਲੋਕਾਂ ਨੂੰ ਕਹਿੰਦੇ ਬਈ ਰੁਜ਼ਗਾਰ ਚਲਾਓ ਤੁਸੀਂ, ਨਾਲੇ ਰੁਜ਼ਗਾਰ ਨਹੀਂ ਬਈ, ਆਪਣੇ ਜਿਹੜੀ ਭਾਰਤ ਦੀ ਆਬਾਦੀ ਵਧੀ ਜਾਂਦੀ ਹੈ, ਦੁੱਧ ਦੀ, ਮਾਸ ਦੀ, ਆਂਡੇ ਦੀ, ਇਹਦੇ ਵਿੱਚ ਜਿਹੜੀ NLM ਹੈ ਨਾ, ਇਹ 'ਚ ਪੋਲਟਰੀ ਫਾਰਮ ਵੀ ਹੈ, ਸੂਰ ਪਾਲਣ ਵੀ ਹੈ, ਅਤੇ ਬੱਕਰੀਆਂ ਦਾ ਵੀ ਹੈ, ਅਤੇ ਡੈਰੀ ਫਾਰਮਿੰਗ ਵੀ ਹੈ, ਠੀਕ ਹੈ। ਉਹ ਸਾਰੀ ਉਹਨਾਂ ਨੂੰ ਐਂ ਬਾਹਰੋਂ ਨਾ ਸਾਨੂੰ ਮੰਗਾਉਣਾ ਪਵੇ, ਇੱਥੇ ਪੂਰਾ ਹੋਈ ਜਾਵੇ, ਉਹ ਵੀ ਉਹਨਾਂ ਦੀ ਮੰਸ਼ ਹੈਗੀ ਹੈ, ਕਿਉਂਕਿ ਭੁੱਖਮਾਰੀ ਬਹੁਤ ਵਧੀ ਪਈ ਹੈ ਬਈ, ਉਨੀ ਜਿਹੜੇ ਖਾਦ ਪਦਾਰਥ ਪੂਰੇ ਨਹੀਂ ਹੋ ਰਹੇ। ਬਿਲਕੁਲ ਸਹੀ ਗੱਲ ਆ ਬਾਈ ਤੁਹਾਡੀ। ਇੱਕ ਗੱਲ ਹੋਰ ਬਾਈ, ਆਪਾਂ ਜਿਵੇਂ ਹੁਣ ਆਪਾਂ ਥੋੜ੍ਹਾ ਫਾਰਮ ਵੀ ਆਵੇ ਦੋਸਤੋ, ਆਪਾਂ ਤੁਹਾਨੂੰ ਦਿਖਾਉਂਦੇ ਨਾਲ ਨਾਲ ਬਾਈ ਤਿਆਰ ਕਰਾ ਰਿਹਾ, ਅਤੇ ਮੇਰੇ ਖਿਆਲ 'ਚ ਅੰਦਰ ਤਾਂ ਲਾਈਟ ਥੋੜ੍ਹੀ ਜਿਹੀ ਕਮੀ ਰਹਿਣੀ ਆ, ਬਾਹਰੋਂ ਆਪਾਂ ਗੇੜਾ ਕੱਢ ਲੈਣਾ, ਅਤੇ ਬਾਈ ਇਹਦੇ 'ਚ ਆਪਾਂ ਕਿੰਨੀਆਂ ਬੱਕਰੀਆਂ ਇਸ ਫਾਰਮ 'ਚ ਤੁਸੀਂ ਸ਼ਿਫਟ ਕਰੋਗੇ? ਇਹ 'ਚ ਬਾਈ ਮੈਂ 50 to 60 ਬੱਕਰੀਆਂ ਰੱਖਣੀਆਂ, ਐਡੋ ਅੱਡ ਪੋਰਸ਼ਨ ਬਣਾਏ ਆ, ਅਤੇ ਇਹ ਇਨਡੋਰ ਆ, ਆਊਟਡੋਰ ਆ, ਬੱਕਰੀ ਦੇ ਰੱਸਾ ਨਹੀਂ ਪਾਉਣਾ, ਖੁੱਲ੍ਹਾ ਰੱਖਾਂਗੇ, ਅਤੇ ਇਹ ਮੈਂ ਨਾ ਸਾਰੀ 1.5 ਇੱਟ ਲਾਈ ਹੈ ਸਸਤੀ ਲੈ ਕੇ, ਅਤੇ ਗਾਰੇ ਦੇ ਵਿੱਚ ਚਿਨਾਈ ਕਰੀ ਆ, ਅਤੇ ਜਿਹੜੀ ਛੱਤ ਵਗੈਰਾ ਸਾਰੀ ਆਪਾਂ ਪੁਰਾਣੀ ਅਨੁਸਾਰ ਕਾਨੇ ਦੀ ਅਤੇ ਬਾਂਸ ਦੀ ਪਾਈ ਹੈ। ਬਹੁਤ ਵਧੀਆ। ਹਾਂ, ਅਤੇ ਬਹੁਤ ਪੈਸੇ ਬਚਾਏ ਆ ਇਹ 'ਚ, ਜੇ ਆਪਾਂ ਐਡਾ ਫਾਰਮ ਪਾਉਣੇ 12-13 ਲੱਖ ਦਾ, ਇਹ ਮੇਰਾ 6-7 ਲੱਖ ਦੇ ਵਿੱਚ ਕੰਪਲੀਟ ਹੋ ਜੂਗਾ, ਨਾਲੇ ਮੇਰਾ ਕਮਰਾ ਰਹਿਣ ਵਾਲਾ, ਸਾਰਾ ਬਾਥਰੂਮ ਸਾਰਾ ਵਗੈਰਾ ਬਣ ਜੂਗਾ। ਬਾਈ ਇੱਕ ਦੂਜੀ ਟ੍ਰੇਨਿੰਗ ਦੀ ਗੱਲ ਕੀਤੀ ਸੀ, ਜਿਹੜੇ ਜਿਵੇਂ ਤੁਸੀਂ ਇੱਥੇ ਫਾਰਮ ਦੇ ਟ੍ਰੇਨਿੰਗ ਦਿੰਦੇ ਹੋ, ਤਾਂ ਉਹ ਬਿਲਕੁਲ ਨਵੇਂ ਮੁੰਡੇ ਜਿਹੜੇ ਯੰਗਸਟਰ ਰਹਿ ਗਏ ਕੁਛ ਕਿੱਤੇ 'ਚ ਆਉਣਾ ਚਾਹੁੰਦੇ ਆ, ਉਹਨਾਂ ਲਈ ਆ ਜਾਂ ਕੋਈ ਕਿਸ ਤਰ੍ਹਾਂ ਦੀ ਜਾਂ ਕੋਈ ਮਹਿਕਮੇ ਦੇ ਬੰਦੇ? ਕੋਈ ਵੀ ਆ ਸਕਦਾ ਬੰਦਾ, ਬਿਲਕੁਲ, ਜਿਹਨੇ ਕੰਮ ਕਰਨਾ, ਬੁੜੀ ਹੋਵੇ, ਜਵਾਕ ਹੋਵੇ, ਬੰਦਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਅਨਪੜ੍ਹ ਹੋਵੇ, ਮੁਲਾਜ਼ਮ ਹੋਵੇ, ਨਾ ਮੁਲਾਜ਼ਮ ਹੋਵੇ, ਜਿਹਨੇ ਬੱਕਰੀ ਪਾਲਣ ਦੀ ਸੋਚੀ ਜਾਂਦਾ, ਇਹ ਆਪਣੀ 2 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ, ਜਿਹਦੇ ਵਿੱਚ ਰਹਿਣ ਦਾ, ਖਾਣ ਪੀਣ ਦਾ, ਅਤੇ ਇਹ 'ਚ ਸਰਟੀਫਿਕੇਟ ਵਗੈਰਾ ਦਿੰਦੇ ਹਾਂ, ਗਾਂ ਲੋਨ ਬਾਰੇ ਵੀ ਸਮਝਾਉਂਦੇ ਆ ਵੀ ਕਿਵੇਂ ਤੁਸੀਂ ਫਾਰਮ ਭਰਨੇ ਆ, ਅਤੇ ਸਾਰੀ ਇਹਦੇ ਵਿੱਚ ਪੂਰੀ ਇੱਕ ਨਾ ਐਂ ਹੁੰਦਾ ਟ੍ਰੇਨਿੰਗ ਦੇ ਪੈਸੇ ਲੈ ਲਏ ਕੰਮ ਨਿਬੜਿਆ, ਇਹ ਨਹੀਂ ਭਲਾਂ 6 ਮਹੀਨੇ 1 ਸਾਲ ਬਾਅਦ ਉਹਨੂੰ ਕਿਸੇ ਜੇ ਵੱਡੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਬੱਕਰੀ ਬਿਮਾਰ ਹੁੰਦੀ ਹੈ ਜਾਂ ਉਹਦਾ ਵੇਚਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਉਹਦਾ ਆਪਾਂ ਬਈ ਪੂਰਾ ਸਾਥ ਦਿੰਦੇ ਹਾਂ। ਹਾਂ, ਪੂਰਾ ਉਹਨੂੰ ਜਾਨਵਰ ਲੈਣ ਦੇ ਵਿੱਚ, ਵੇਚਣ ਦੇ ਵਿੱਚ ਸਾਰੀ ਆਪਾਂ ਪੂਰੀ, ਕਿਉਂਕਿ ਮੇਰਾ ਇਹ ਮਕਸਦ ਹੈ ਜੇ ਮੈਂ ਨੌਕਰੀ ਦੇ ਨਾਲ ਹੋ ਕੇ ਵੀ ਇਹ ਮੈਨੂੰ ਇੰਨੀ ਵਧੀਆ ਇਨਕਮ ਹੋਈ ਜਾਂਦੀ ਹੈ, ਅਤੇ ਕਈ ਭਰਾ ਘਰ ਇਕੱਲਾ 2-3 ਡਾਟਾ ਅਡਾ ਕੇ ਅਤੇ ਉੱਥੇ ਘਰ ਹੀ ਬੈਠੇ ਆ, ਅਤੇ ਹਜੇ ਕਹਿ ਦਿੰਦੇ ਬਈ ਇਹ ਪੈਸੇ ਸਰਕਾਰ ਨਹੀਂ ਦਿੰਦੀ ਨੌਕਰੀ, ਹੁਣ ਬਈ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਰੱਖ ਲਓ ਜਾਂ ਸਾਰੇ ਵੀ ਬਾਹਰ ਜਾਣ ਵਾਲੇ ਹੈ ਨਹੀਂ ਗੇ, ਹੈ ਨਾ, ਜ਼ਮੀਨ ਵੇਚ ਕੇ ਜਾਣੀ ਪਊਗੀ, ਇਹਦੇ ਕੋਲ 1-2 ਕਿੱਲੇ ਆ ਬਾਈ, ਉਹ ਤਾਂ ਫਿਰ ਜਮਾਂ ਹੀ ਉਹ ਤਾਂ ਹੋ ਜਾਂਦਾ। ਬਿਲਕੁਲ ਦੋਸਤੋ, ਤੁਸੀਂ ਦੇਖਿਆ ਬਾਈ ਨੇ ਬਹੁਤ ਸਾਰੇ ਨੌਜਵਾਨ ਸਾਥੀ ਜੁੜੇ ਆਪਣੇ ਨਾਲ, ਤਾਂ ਮੈਂ ਚਾਹੂੰਗਾ ਨੌਜਵਾਨ ਯਾਰ ਜ਼ਰੂਰ ਇਸ ਗੱਲ ਬਾਰੇ ਜ਼ਰੂਰ ਸੋਚਣ, ਜਿਹੜੇ ਬਾਹਰ ਜਾਣ ਦੀ ਤਾਕਤ ਆ ਜਾਂ ਕਹਿੰਦੇ ਯਾਰ ਇੱਥੇ ਤਾਂ ਕੰਮ ਹੀ ਨਹੀਂ ਮਿਲਦਾ ਜਾਂ ਸਾਨੂੰ ਤਾਂ ਕੋਈ ਰੁਜ਼ਗਾਰ ਦੇ ਮੌਕੇ ਨਹੀਂ ਹੈਗੇ, ਤਾਂ ਦੇਖੋ ਬਾਈ ਇੱਕ ਪੁਲਿਸ ਮੁਲਾਜ਼ਮ ਆ ਅਤੇ ਫਿਰ ਵੀ ਜਿਹੜਾ ਰੁਜ਼ਗਾਰ ਦਾ ਮੌਕਾ ਕਿੰਨੇ ਪਰਿਵਾਰਾਂ ਨੂੰ ਹੋਰ ਰੁਜ਼ਗਾਰ ਦੇਣ ਬਾਰੇ ਸੋਚ ਰਿਹਾ, ਔਰ ਬੱਕਰੀ ਪਾਲਣ ਬਾਰੇ ਬਾਈ ਨੇ ਵਿਸਤਾਰ ਸਹਿਤ ਆਪਾਂ ਨੂੰ ਦੱਸਿਆ। ਬਾਈ ਬੱਕਰੀਆਂ ਬਾਈ ਦੀਆਂ ਮੈਂ ਤੁਹਾਨੂੰ ਦੱਸ ਦਾਂ, ਇਹ ਫਾਰਮ ਨਵਾਂ ਬਣ ਰਿਹਾ ਹੈ ਅਤੇ ਬੱਕਰੀਆਂ ਬਾਈ ਦੀਆਂ ਘਰੇ ਪੁਰਾਣੇ ਫਾਰਮ ਦੇ ਹੈਗੇ, ਬਾਉਂਡਰੀ ਨਹੀਂ ਹੋਈ ਆਪਣੇ ਘਰੇ ਪੁਰਾਣਾ ਫਾਰਮ ਕੇ, ਤੁਸੀਂ ਟਾਈਮ ਕੱਢ ਕੇ ਨਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ। ਕਈ ਸੋਚ ਲੈਂਦੇ ਜੇ ਏਡੇ ਏਡੇ ਵੱਡੇ ਫਾਰਮ ਪਾਵਾਂਗੇ ਫਿਰ ਹੀ ਕੰਮ ਚੱਲੂਗਾ, ਮੈਂ ਬਈ ਪੁਰਾਣੇ 2 ਬਰਾਂਡੇ ਜੇ ਸੀ ਮੇਰੇ, ਮੈਂ ਸਾਰੀਆਂ ਸਟੇਟਾਂ ਦੇ ਵਿੱਚ ਕੋਈ ਸਟੇਟ ਨਹੀਂ ਛੱਡੀ, ਕੋਈ ਮਹਿਕਮਾ ਨਹੀਂ ਜਿੱਥੇ ਮੈਂ ਬੱਕਰੀਆਂ ਨਹੀਂ ਪਹੁੰਚਾਈਆਂ ਟਰਾਂਸਪੋਰਟ ਕਰਕੇ ਆਪਦੇ ਘਰੋਂ।
ਬਿਲਕੁਲ ਠੀਕ ਹੈ। ਇਹ ਐਂ ਨਹੀਂ ਗਾ ਅੱਜ ਵੱਡੇ ਵੱਡੇ ਫਾਰਮ ਪਾ ਕੇ ਕੰਮ, ਇਹ 'ਚ ਇਹ ਬੱਕਰੀ ਪਾਲਣ ਦਾ ਇਹ ਫਾਇਦਾ ਤੁਸੀਂ 5-10 ਹਜ਼ਾਰ ਰੁਪਇਆ ਜੇਬ 'ਚ ਤੁਸੀਂ ਉਹ ਤੋਂ ਵੀ ਸ਼ੁਰੂ ਕਰ ਸਕਦੇ ਹੋ ਇਹਨੂੰ ਸ਼ਹਿਰ ਵਾਲਾ ਵੀ, ਅਤੇ ਬਾਕੀ ਇਹਦੇ ਮਾਸ ਬਾਰੇ ਇਹਦੇ ਦੁੱਧ ਬਾਰੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਵਿਸਥਾਰਪੂਰਕ ਦੱਸੂਗਾ ਵੀ ਕਾਹਤੋਂ ਰੱਖਣੀਆਂ ਚਾਹੀਦੀਆਂ, ਇਕੱਲੇ ਪੈਸੇ ਵਾਸਤੇ ਨਹੀਂ, ਇਹਦਾ ਦੁੱਧ ਵੀ ਬਹੁਤ ਕਾਮਯਾਬ ਆ ਬਈ, ਖਜ਼ਾਨਾ ਇਹ ਆਪਣੇ। ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਬਾਈ ਬਰਾੜ ਬਠਿੰਡਿਆਲਾ ਆਪਣੇ ਨਾਲ ਸੀ, ਬਾਈ ਦੇ ਨਾਲ ਆਪਾਂ ਅੱਜ ਆਏ ਸੀ ਬਾਈ ਦੇ ਫਾਰਮ 'ਤੇ, ਫਾਰਮ ਵੀ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਕਿਹੜੇ ਢੰਗ ਦੇ ਨਾਲ ਬਾਈ ਨੇ ਤਿਆਰ ਕੀਤਾ, ਅਤੇ ਬੱਕਰੀਆਂ ਦੀਆਂ ਟ੍ਰੇਨਿੰਗਾਂ ਬਾਈ ਜਿਹੜੀ ਆ ਉਹ ਦਿੰਦੇ ਰਹਿੰਦੇ ਆ ਸਮੇਂ ਟੂ ਸਮੇਂ, ਹਰ ਮਹੀਨੇ ਬਾਈ, ਹਰ ਮਹੀਨੇ ਦਿੰਦੇ? ਹਾਂਜੀ ਹਰ ਮਹੀਨੇ, ਹਰ ਮਹੀਨੇ 2 ਦਿਨ ਦੀ ਟ੍ਰੇਨਿੰਗ ਬਾਈ, ਹਰ ਐਤਵਾਰ ਦੀ ਐਤਵਾਰ, ਹਰ ਐਤਵਾਰ ਦੀ ਐਤਵਾਰ ਵੀ ਬਾਈ ਕਹਿੰਦਾ ਅਸੀਂ ਇੱਥੇ ਟ੍ਰੇਨਿੰਗ ਦਿੰਦੇ ਹਾਂ। ਉਹ ਤੋਂ ਇਲਾਵਾ ਮਹੀਨੇ 'ਤੇ ਵੀ ਇੱਕ ਵਾਰ ਜਿਹੜੀ ਵੱਡੀ ਇਹ ਮੀਟਿੰਗ ਇੱਥੇ ਰੱਖਦੇ, ਜਿਹਦੇ ਜਾਣਕਾਰੀ ਦਿੱਤੀ ਜਾਂਦੀ ਆ, ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਦੋਸਤੋ, ਖਾਸ ਕਰਕੇ ਆਸ ਪਾਸ ਵਾਲੇ ਜ਼ਰੂਰ ਬਾਈ ਦਾ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਜਾਣਕਾਰੀ ਉਹਦਾ ਲਾਭ ਉਠਾਈਏ ਆਪਾਂ, ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਸਹਾਇਕ ਧੰਦੇ ਅਪਣਾ ਸਕੋ ਆਪਣੀ ਜ਼ਿੰਦਗੀ ਦੇ ਵਿੱਚ, ਅਤੇ ਹੋਰ ਲੋਕਾਂ ਨੂੰ ਰੁਜ਼ਗਾਰ ਦੇ ਸਕੋ। ਆਪਣਾ ਰੁਜ਼ਗਾਰ ਤਾਂ ਚੱਲਣਾ ਹੀ ਆ, ਪਰ ਹੋਰ ਵੀ ਬਹੁਤ ਸਾਰੇ ਲੋਕਾਂ ਤੁਸੀਂ ਰੁਜ਼ਗਾਰ ਦੇ ਸਕਦੇ ਹੋ। ਬਾਈ ਆਪਣਾ ਇੱਕ ਵਾਰੀ ਐਡਰੈਸ ਜ਼ਰੂਰ। ਆਪਣਾ ਹੀ ਪਿੰਡ ਹੈਗਾ ਕੋਠੇ ਕੋਰ ਸਿੰਘ ਵਾਲੇ, ਜ਼ਿਲ੍ਹਾ ਬਠਿੰਡਾ ਜੀ, ਅਤੇ 90-563-38-435 ਮੇਰਾ ਨੰਬਰ ਹੈ ਜੀ। ਇਹਦੇ ਵਟਸਐਪ ਮੈਸੇਜ ਕਰ ਸਕਦੇ ਹੋ, ਕਈ ਵਾਰੀ ਫੋਨ ਨਹੀਂ ਚੱਕੀਦਾ ਕਿਉਂਕਿ ਟ੍ਰੇਨਿੰਗ ਵਾਲਿਆਂ ਦੇ, ਅਤੇ ਆਪਣੇ ਕੋਲੋਂ ਆਲ ਇੰਡੀਆ ਦੇ ਬੰਦੇ ਵੀ ਟ੍ਰੇਨਿੰਗ ਲੈਣ ਆਉਂਦੇ ਆ, ਕੋਈ ਐਂ ਨਹੀਂ ਪੰਜਾਬ ਦਾ, ਕੋਈ ਵੀ ਕਿੱਥੋਂ ਵੀ ਆ ਸਕਦਾ ਆਪਣੇ ਕੋਲ ਰਿਹਾਇਸ਼ ਦਾ, ਖਾਣ ਪੀਣ ਦਾ, ਬਾਕੀ ਕਿਸੇ ਨੂੰ ਫਾਰਮ ਵਿਜ਼ਿਟ ਕਰਨਾ ਉਹ ਵੀ ਆ ਸਕਦਾ ਮੈਨੂੰ ਫੋਨ ਕਰਕੇ ਵੀ। ਕੋਈ ਜਾਣਕਾਰੀ ਲੈਣੀ ਹੈ, ਨਹੀਂ ਟ੍ਰੇਨਿੰਗ ਲੈਣੀ, ਨਹੀਂ ਪੈਸੇ ਹੈਗੇ ਕੋਈ, ਜਾਂ ਨਹੀਂ ਫੀਸ ਭਰ ਸਕਦਾ, ਉਹ ਆਪਣੇ ਤੋਂ ਫ੍ਰੀ ਵੀ ਜਾਣਕਾਰੀ ਲੈ ਸਕਦਾ ਵੀ ਜੀ। ਸੋ ਦੋਸਤੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਿਆ, ਅਤੇ ਕਿਉਂਕਿ ਬਾਈ ਦਾ ਸ਼ਡਿਊਲ ਕਾਫੀ ਇੱਥੇ ਕੰਮ ਚੱਲ ਰਿਹਾ, ਪਰ ਫਿਰ ਵੀ ਅਸੀਂ ਡਿਸਟਰਬ ਕੀਤਾ ਜਾਣਕਾਰੀ ਲਈ ਬਾਈ ਨੂੰ, ਅਤੇ ਬਾਈ ਤੁਹਾਡਾ ਸ਼ੁਕਰੀਆ। ਪਰ ਜਿਹੜੀਆਂ ਗੱਲਾਂ ਰਹਿ ਗਈਆਂ ਤਾਂ ਅਗਲੇ ਐਪੀਸੋਡ ਦੇ ਵਿੱਚ ਬਾਈ ਨਾਲ ਆਪਾਂ ਕਰਾਂਗੇ, ਜਿਹੜੀ ਤੁਹਾਡੇ ਸਵਾਲ ਤੁਹਾਡੇ ਕਮੈਂਟਾਂ ਦੇ ਵਿੱਚ ਜੋ ਤੁਹਾਡੇ ਸਵਾਲ ਹੋਣਗੇ ਮਨ ਦੇ ਜ਼ਰੂਰ ਰੱਖਿਓ, ਅਤੇ ਬਾਈ ਦਾ ਨੰਬਰ ਆਪਾਂ ਜਿਹੜਾ ਹੈਗਾ ਡਿਸਪਲੇ ਕਰ ਦਾਂਗੇ ਸਕਰੀਨ ਦੇ ਉੱਪਰ, ਤਾਂ ਤੁਸੀਂ ਬਾਈ ਨਾਲ ਕੰਟੈਕਟ ਵੀ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।